ਅੱਜ ਦਾ ਜਿਹੜਾ ਸਾਡਾ ਵੀਡੀਓ ਆ ਉਹ ਬਾਜ਼ਾਰ ਦੇ ਸੂਰਤ ਹਾਲ ਕਿ ਜਿਹੜੇ ਤੁਸੀਂ ਵੇਖਿਆ ਹੋਏਗਾ ਅਤੇ ਅੱਜ ਕੱਲ੍ਹ ਲੋਕ ਕਹਿ ਰਹੇ ਸੀ ਕਿ ਬਾਜ਼ਾਰ ਵਾਲਿਆਂ ਨੇ ਬੜਾ ਲੁੱਟਿਆ ਆਵਾਮ ਨੂੰ ਅਤੇ ਉਹਨਾਂ ਵਾਸਤੇ ਵੀ ਮੇਰੀ ਅੱਜ ਦੀ ਆ ਖਾਸ ਵੀਡੀਓ ਕਿ ਉਹਨਾਂ ਨੂੰ ਮੈਂ ਦੱਸਾਂ ਇਹ ਦੇਖੋ ਜੀ ਆਹ ਸਾਡੇ ਬਜ਼ੁਰਗ ਹੁਣ ਤੁਹਾਨੂੰ ਦੱਸਣਗੇ ਆ ਜੀ ਦੱਸਿਓ ਜੀ ਜਿਹੜੇ ਸਾਲੇ ਗੱਲ ਕਹਿੰਦੇ ਸਨ ਕਿ ਬੜਾ ਲੁੱਟਿਆ ਉਹ ਸਾਲੇ ਆ ਕੇ ਦੇਖ ਰਹੇ ਨੇ ਤੇ ਕੀ ਕਰਨ ਲੱਗੇ ਆ। ਹਾਂਜੀ ਆ ਵੇਖ ਲਓ ਜੀ ਆ ਬਜ਼ੁਰਗਾਂ ਦੇ ਕਮੈਂਟਸ ਆ ਕਿ ਜਿਨ੍ਹਾਂ ਨੇ ਲੁੱਟਿਆ ਉਹ ਹੁਣ ਜਿਹੜਾ ਨਾ ਆ ਕੇ ਵੇਖ ਲੈਣ ਕਿ ਕੀ ਲੁੱਟਿਆ। ਵੇਖੋ ਜੀ ਆ ਵਿਹਲੇ ਬੈਠੇ ਦੇ ਆ ਚਾਵਾਂ ਪੀ ਰਹੇ ਨਾ ਵਿਹਲੇ ਦੇਖੋ ਬਾਜ਼ਾਰ ਦੀ ਸੂਰਤ ਹਾਲ ਤੁਹਾਨੂੰ ਦੱਸਣੇ ਆ। ਉਸ ਤੋਂ ਬਾਅਦ ਵੀ ਹੋਰ ਜੀ ਵੀ ਜਿਹੜੇ ਦੁਕਾਨਦਾਰ ਇੱਥੇ ਵਿਹਲੇ ਬੈਠ ਕੇ ਕੋਈ ਸੁੱਤੇ ਦਾ ਕੋਈ ਗੇਮ ਖੇਡਦਾ ਪਿਆ ਕੋਈ ਜੋ ਵੀ ਕੰਮ ਕਰ ਰਿਹਾ ਉਹ ਤੁਹਾਨੂੰ ਅੱਜ ਦੀ ਇਸ ਵੀਡੀਓ ਦੇ ਵਿੱਚ ਮੁਕੰਮਲ ਦੱਸਾਂਗੇ ਅਤੇ ਚੱਲਦੇ ਹਾਂ ਹੁਣ ਅੱਗੇ ਅਤੇ ਇਹ ਵੇਖੋ ਇਹ ਮਦਰ ਭਾਈ ਇੱਥੇ ਆ ਕੇ ਲੇਟੇ ਦੇ ਨਾ ਇਹ ਵੇਖ ਲਓ ਅਤੇ ਜਿਹੜੇ ਮੁਲਾਜ਼ਮ ਕਹਿੰਦੇ ਸੀ ਜਾਂ ਜਿਹੜੇ ਲੋਕਾਂ ਨੇ ਕਿਹਾ ਕਿ ਦੁਕਾਨਦਾਰਾਂ ਨੂੰ ਬੜਾ ਲੁੱਟਿਆ ਉਹ ਵੇਖੋ ਆ ਜਾਓ ਹੁਣ ਤੁਸੀਂ ਵੀ ਆ ਸਾਡੀ ਜਗ੍ਹਾ 'ਤੇ ਇਹ ਵੇਖੋ ਜੀ ਇਹ ਮਦਰ ਭਾਈ ਗੱਲ ਉਹ ਜੀ ਆਏ ਹਾਂ ਵਿਹਲੇ ਬੈਠੇ ਨੇ ਅਸੀਂ ਜਿਹੜੇ ਕਈ ਸਾਡੇ ਦੋਸਤ ਭਾਅ ਵਿਚਾਰੇ ਕਹਿੰਦੇ ਰਹੇ ਨੇ ਦੁਕਾਨਦਾਰਾਂ ਨੇ ਬੜਾ ਲੁੱਟਿਆ ਅਤੇ ਬੜਾ ਜਨਬੇ ਨਹੀਂ ਇਹਨਾਂ ਨੇ ਪੈਸੇ ਕਮਾਏ ਨੇ ਇਹ ਵੇਖ ਲਓ ਸਾਰੇ ਵਿਹਲੇ ਬੈਠੇ ਦੇ ਆ ਜੀ। ਹੁਣ ਮੇਰੇ ਸਰਕਾਰੀ ਮੁਲਾਜ਼ਮੀਨ ਨੂੰ ਅਤੇ ਤਨਖਾਹਦਾਰਾਂ ਨੂੰ ਗੁਜ਼ਾਰਿਸ਼ ਹੈ ਕਿ ਤਨਖਾਹਾਂ ਸਾਨੂੰ ਦੇ ਦਿਓ ਅਤੇ ਸਾਡੀ ਦੁਕਾਨਾਂ 'ਤੇ ਆ ਕੇ ਬੈਠੋ ਤੁਹਾਨੂੰ ਲੱਗੇ ਪਤਾ ਜ਼ਰਾ ਕੀ ਭਾਅ ਵੇਖ ਸਾਲ ਦੇ ਵਿੱਚ 10 ਦਿਨ ਕੰਮ ਕਰਨੇ ਆ ਈਦ ਦੇ ਅਤੇ 10 ਦਿਨ ਛੋਟੀ ਈਦ ਦੇ 10 ਦਿਨ ਵੱਡੀ ਈਦ ਦੇ 10 ਦਿਨ ਹੁੰਦੇ ਵਿਹਲੇ ਆ ਸੋਹਣੇ ਆ ਲੇਟੇ ਦੇ ਨਾ ਤੇ ਇਹ ਵੇਖੋ ਥੱਲੇ ਵੀ ਸੁੱਤੇ ਦੇ ਕੁਛ ਵੇਖੋ ਜੀ ਇਹ ਵੀ ਵਿਹਲੇ ਸਾਰੇ ਦੁਕਾਨਦਾਰ ਵਿਹਲੇ ਬੈਠੇ ਦੇ ਨਾ ਇਹ ਦੇਖੋ ਸਾਡੇ ਭੈਣ ਜਿਹੜੇ ਨਾ ਥੱਲੇ ਕਿਆ ਸਾਹਿਬ ਆ ਪਿਛਾੜੇ ਵੀ ਦੁਕਾਨਦਾਰ ਆਏ ਦੇ ਨਾਲ ਕੁਛ ਨਾ ਕੁਛ ਮਿਲੇਗਾ ਲੇਕਿਨ ਬਾਜ਼ਾਰ ਵਿਹਲੇ 'ਚ ਇਹ ਵੇਖੋ ਜੀ ਇੱਕ ਹੋਰ ਦੁਕਾਨ 'ਤੇ ਆਏ ਹਾਂ ਇਹ ਵੀ ਵਿਹਲੇ ਬੈਠੇ ਦੇ ਨਾ ਆਪ ਸਾਹਿਬ ਕੀ ਕਹੋਗੇ ਤੁਸੀਂ ਵਿਹਲੇ ਬੈਠੇ ਦੇ ਹੋ ਚਾਹ ਪੀਣੀ ਆ ਵਿਹਲੇ 'ਚ ਵੀ ਚਾਹ ਅਤੇ ਇਹ ਜਿਹੜੇ ਮੁਲਾਜ਼ਮ ਕਹਿੰਦੇ ਨਾ ਜਾਂ ਜਿਹੜੇ ਦੋਸਤ ਬਾਪ ਕਹਿੰਦੇ ਨਾ ਕਿ ਦੁਕਾਨਦਾਰਾਂ ਨੇ ਬੜਾ ਲੁੱਟਿਆ ਉਹਨਾਂ ਦੇ ਬਾਰੇ 'ਚ ਕੀ ਕਹੋਗੇ ਤੁਸੀਂ ਇਹ ਹੁਣ ਵਿਹਲੇ ਚੱਲਦੇ ਬਿਨਾਂ ਵਿਹਲੇ ਬੈਠੇ ਉਹਨਾਂ ਨੂੰ ਕੀ ਮੈਸੇਜ ਦਿਓਗੇ ਕਿ ਹੁਣ ਆ ਜਿਹੜੇ ਵਿਹਲੇ ਅਸੀਂ ਬੈਠੇ ਆ ਉਹਨਾਂ ਵਿੱਚ ਹੁਣ ਉਹਨਾਂ ਦੇ ਕੋਈ ਪਰਸੈਂਟੇਜ ਦੇ ਸਾਨੂੰ ਤਨਖਾਹ ਉਹਨਾਂ ਨੂੰ ਸਾਨੂੰ ਵੀ ਦੇਣੀ ਚਾਹੀਦੀ ਹੈ ਨਹੀਂ ਹੈ ਜਿਹੜੇ ਸਾਡੇ ਦੋਸਤ ਬਾਪ ਕਹਿੰਦੇ ਨੇ ਕਿ ਦੁਕਾਨਦਾਰ ਬੜਾ ਲੁੱਟਿਆ ਉਹਨਾਂ ਨੇ ਇੰਜੋਏ ਕੀਤਾ ਬੜਾ ਪੈਸਾ ਇਕੱਠਾ ਕੀਤਾ ਮੁਲਾਜ਼ਮ ਤਾਂ ਉਹਨਾਂ ਨੂੰ ਬੰਦਾ ਪੁੱਛੇ ਕਿ ਜਿਹੜੇ ਵਿਹਲੇ ਦਿਨ ਅਸੀਂ ਗੁਜ਼ਾਰਨੇ ਆ ਸਾਡੇ ਬਰਾਬਰ ਹੋ ਜਾਂਦਾ ਇਹ ਵਿਹਲੇ ਦਿਨ ਤੋਂ ਕੰਮ ਦੇਣ ਜਦੋਂ ਆਉਂਦੇ ਨੇ ਬਰਾਬਰ ਹੋ ਜਾਂਦਾ ਸਾਡਾ ਪ੍ਰੋਫਿਟ ਹੋ ਜਾਂਦਾ ਇਹ ਬਾਈ ਕੋਲ ਬਰਾਬਰ ਹੋ ਜਾਂਦਾ ਇੱਕ ਦਾਰੂ ਨਿਕਲੀ ਇਹ ਦੇਖੋ ਜੀ ਅਸੀਂ ਇਹ ਤੁਹਾਡੇ ਬਾਈ ਕੋਲ ਹੋਰ ਵੀ ਦੁਕਾਨਾਂ 'ਤੇ ਚੱਲਦੇ ਹਾਂ ਜਿਹੜੇ ਵਿਹਲੇ ਬੈਠਦੇ ਆ ਉਹਨਾਂ ਦਾ ਅੱਜ ਦੀ ਇਸ ਸਵਾਲ ਦਾ ਜਵਾਬ ਦੇ ਰਹੇ ਅਸੀਂ ਦੁਕਾਨ ਇਹ ਹੁਣ ਅਸੀਂ ਇੱਕ ਹੋਰ ਦੁਕਾਨ 'ਤੇ ਆ ਗਏ ਹਾਂ ਖਿਆਲ ਇਹ ਜਿਹੜੇ ਲੋਕ ਕਹਿੰਦੇ ਆ ਕਿ ਦੁਕਾਨਦਾਰਾਂ ਨੇ ਬੜਾ ਲੁੱਟਿਆ ਜਿਹੜੇ ਮੁਲਾਜ਼ਮ ਜਾਂ ਜਿਹੜੇ ਵੀ ਸਾਡੇ ਦੋਸਤ ਬਾਪ ਕਹਿੰਦੇ ਨਾ ਕਿ ਦੁਕਾਨਦਾਰ ਬੜਾ ਲੁੱਟਦੇ ਆ ਉਹਨਾਂ ਦੇ ਬਾਰੇ 'ਚ ਤੁਸੀਂ ਕੀ ਉਹਨਾਂ ਨੂੰ ਮੈਸੇਜ ਦਿਓਗੇ ਕੀ ਉਹਨਾਂ ਨੂੰ ਕਹੋਗੇ ਤੁਸੀਂ ਤਨਖਾਹ ਤੁਹਾਨੂੰ ਦੇਣ ਥੋੜੀ ਬਹੁਤੀ ਜਾਂ ਕੀ ਉਹਨਾਂ ਨੂੰ ਜਾਂ ਕੁਝ ਸਵਾਲ ਨਹੀਂ ਕਰਨੇ ਚਾਹੀਦੇ ਲੋਕਾਂ ਨਾਲ ਗਵਰਨਮੈਂਟ ਸਾਡੀ ਮਦਦ ਕਰੇ ਹਰ ਦੁਕਾਨਦਾਰ ਦੀ ਮਦਦ ਕਰੇ ਦੋਵੇਂ ਟੈਨੀ ਖਰਾਬ ਹੋ ਗਈ ਸਾਡੀ ਮਦਦ ਨਹੀਂ ਕਰ ਰਹੀ ਦੁਕਾਨਦਾਰ ਕੀ ਕਹਿ ਰਹੇ ਨਾ ਕਿ ਇਹਨਾਂ ਨੂੰ ਥੋੜ੍ਹੀ ਜਿੰਨੀ ਸ਼ਰਮ ਹੋਣੀ ਚਾਹੀਦੀ ਹੈ ਜਿਹੜੇ ਲੋਕ ਇਹੋ ਜਿਹੇ ਸਵਾਲ ਕਰਦੇ ਨਾ ਕਿ ਦੁਕਾਨਦਾਰ ਲੁੱਟਦੇ ਨਾ ਉਹਨਾਂ ਨੂੰ ਸ਼ਰਮ ਹੋਣੀ ਚਾਹੀਦੀ ਹੈ ਕਿ ਇਹੋ ਜਿਹੇ ਸਵਾਲ
नहीं घड़ी देख दुकान का लुटे असं भी वेले आ हूं देखो बैठ गए सारे भी पैसे का माल लिया इस दफा थोड़ा पता है चैना बंद है कि चैना का माल बहुत ही महंगा पिछले भी सब मिले वेले हाँ इन्हों मेहरबानी कर सकते हैं कि दोस्त बाब जो सवाल उठाते हैं कि दुकानदार ने लुटिया तो उन्होंने आप जो नहीं करनी चाहिए तो हूँ चलने किसी होर अगर दुकानदार जिन्हें भी बैठे दे रहा वेले बैठे दे रहा तो अज का वीडियो ऐसे बारे च कि जोड़े दोस्त बाब कहते कि दुकानदार लुटिया उन्होंने मुख्य दुकानदार की राय थोड़े ना शेयर करने चलने कितने हो देखो जी असं एक होर दुकान पर आए हैं तो सेब भाई जो मुलाजमी ज दोस्त बाब या जो लोग अजक वीडियो बना के चाहते कहने कि दुकानदार सरकार ने बड़ा लुटिया की आखोगे कि असं अजक देखो जी वेले बैठे जो बिल्कुल ऐसा नहीं है बाकी लुटन की जी गल है तो उस रेट तो सारे उही होंगे ने लेकिन एक माइंड चल रहा होंगे ना कस्टमर के लोगों के पता नहीं इतने बड़ी महंगाई कर देंगे बढ़ा देंगे रेट लेकिन अलग रेट उही होंगे लेकिन वो एक रेन चैप बन गए कंफ्यूजन का शिकार होने रब नहीं की वजह लेकिन उस तरह कोई रेट शेट कोई खास फर्क नहीं पैदा होता उही रेट होंगे सौ पाँह का फर्क पैजिए तो गल लगता है महंगी मिलती है शार्टेज की वजह तो बाकी उस तरह कोई रेट वगैरह नहीं बड़े होंगे तो यह साम वैसे ही है ना समझ लेंगे इन चीज़ों में लेकिन है नहीं ऐसा दुकानदारी कर देना हरकत कभी भी नहीं करते बाकी कोई बिलकुल कह लो नवे जो आते कोई नहीं पता कारोबार इस तरह कर लें कर लें कोई इस तरह होंगे नहीं है असी आजाद भाई उन्होंने दुकान दे रहे अभी देखो जी वेले बैठे थे ना वैसे सैटिंग सुटिंग लगे थे ना कर भाई जी तो आजाद भाई साढ़े अभी देख लो दुकान पूरी वेली है कोई कस्टमर वगैरह नहीं है तो अगे चलने देखो जी भाई जी जे दोस्त बाप कहते हैं कि दुकानदार बड़ा लुट देना तो जरा सेल ज्यादा होंगी है हम वेले बैठे देना उ जी सेल कट्ठिया हुई भी होंगी खाधे तो चलने अगे किसी दूसरे दोस्त भी पूछने और थोड़े नाल उन्होंने राय शेयर करने देखो जी असि एक होर भाई को दुकानदार को आए हैं अभी गंडा भाई है असलाम देखो जी अभी वेले बैठे देना बाजार पूरा वेले का वेला आ जिहड़े दोस्त बाब कहते हैं कि बाजार च दुकानदार बड़ा लुट देना उन्होंने की मैसेज दोगे वेले दे वेले बैठे दा ए भाई उन्होंने को भी पूछा कि जिहड़े लोग कहते हैं कि दुकानदार बड़ा लुट देना तो वह कह रहे यही कह इन्हों का जवाब कि पहले असं जो ना वेले हाँ उन्होंने दिनों ज़्यादा कमाई होंगी ज़्यादा रश हों बस यही सूरत हाल है कि रश ज़्यादा होंगे सेलां ज़्यादा होंगे तो वैसे कोई सूरत हाल नहीं है कि दुकानदार लुटता है ऐवी गल बना छी है तो वो भाई देखो अभी वेले दे वेले देखो जी एक होर दुकानदार को आया सी अभी वेले बैठे देना वो भाई देखो वेले इधरों भी देखो ध्यान मारो साढ़े वेले दे वेले तो ए भाई उन्होंने को पूछने भाई जो लोग कहें दुकानदार लुट देना
ਤੇ ਉਹਨਾਂ ਨੂੰ ਕੀ ਮੈਸੇਜ ਦੋਗੇ ਅੱਜ ਕੱਲ ਵਿਹਲੇ ਬੈਠੇ ਜੇ? ਐਸੀ ਅੱਜ ਦਾ ਸ਼ਾਰਟ ਜਿਹਾ ਵੀਡੀਓ, ਛੋਟਾ ਜਿਹਾ ਵੀਡੀਓ ਜਿਹੜਾ ਮੈਂ ਤੁਹਾਡੇ ਨਾਲ ਸ਼ੇਅਰ ਕੀਤਾ, ਮੁਖਤਲਿਫ ਦੁਕਾਨਦਾਰਾਂ ਦਾ ਇੰਟਰਵਿਊ ਲਿਆ, ਅਤੇ ਤੁਸੀਂ ਵੀ ਆਪਣੇ ਰਾਏ ਦਾ ਇਜ਼ਹਾਰ ਕਮੈਂਟ ਸੈਕਸ਼ਨ 'ਚ ਜਾ ਕੇ ਜ਼ਰੂਰ ਕਰਨਾ। ਦੁਆਵਾਂ 'ਚ ਯਾਦ ਰੱਖਣਾ। ਇਨਸ਼ਾਅੱਲਾ ਨੈਕਸਟ ਵੀਡੀਓ ਵਿੱਚ ਤੁਹਾਨੂੰ ਮਿਲਾਂਗੇ ਇਸ ਤੋਂ ਵੀ ਵਧੀਆ ਅਤੇ ਚੰਗੀ ਵੀਡੀਓ। ਅਤੇ ਇਜਾਜ਼ਤ ਦਿਓ, ਅੱਲਾ ਹਾਫਿਜ਼।